मेरा नाम विचित्र खान है, मैं मंडी गोबिंदगढ़ अंबे माले का रहने वाला। मैं 1.5 साल हो गया भुपिंदर की शिकायत की। मैनू फिर पता लग गया भी मंडी गोबिंदगढ़ कैंप लग गया, उत्थे मैं गया, मैं राणा हॉस्पिटल के भेज दिता। उन्होंने मेरा बिल्कुल फ्री ऑपरेशन किया, तो हम बिल्कुल ठीक ठाक अपने घर जा रहे। मेरा नाम अमरजीत कौर है। मेरी ननद कुलविंदर कौर नूं सौली दी प्रॉब्लम सी, गोविंदगढ़ विच कैंप लग्या तो असी इन्हां नूं उत्थे लैके गए, तो उत्थे सानूं उन्हां ने राणा हॉस्पिटल विच भेजिया। राणा हॉस्पिटल विच कुलविंदर कौर दा ऑपरेशन बहुत वधिया होया ते जमा फ्री होया, ते हुण असी इन्हां नूं ठीक ठाक घर लैके जा रहे। असी बहुत बहुत धन्नवाद करदे हां राणा हॉस्पिटल दा ते कैंप दा। मेरा नाम मनजीत कौर, मेरी माँ भिंदर कौर, उन्होंने 1 साल तो पत्थरी की शिकायत सी, तो सानू पता लग्या कि गोविंदगढ़ के कैंप लग रहे हैं, फिर असी उस कैंप में लैके गए। उन्होंने सानू राणा हॉस्पिटल भेज दिता, तो उन्होंने ऑपरेशन मेरी माता जी का बिल्कुल फ्री हो गया, तो बहुत उन्होंने देखभाल की। असी राणा हॉस्पिटल का कैंप वाले का बहुत धन्यवाद करते हैं। ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਸਿੰਘ, ਪਿੰਡ ਜਟਾਣਾ ਵਾਲਾ। ਮੇਰੀ ਮਾਤਾ ਜੀ ਗੁਰਮੀਤ ਕੌਰ ਨੂੰ ਪਿਛਲੇ 6-7 ਮਹੀਨਿਆਂ ਤੋਂ ਪੱਥਰੀ ਦੀ ਪ੍ਰੋਬਲਮ ਸੀ, ਤਾਂ ਅਸੀਂ ਜੋਗਿੰਦਰਾ ਕੈਂਪ ਵੈਲਫੇਅਰ ਸੁਸਾਇਟੀ ਦੇ ਕੈਂਪ ਗੋਬਿੰਦਗੜ੍ਹ ਵਿੱਚ ਗਏ, ਅਤੇ ਉੱਥੇ ਉਹਨਾਂ ਨੇ ਸਾਨੂੰ ਰਾਣਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ, ਜਿੱਥੇ ਮੇਰੀ ਮਾਤਾ ਜੀ ਦਾ ਇਲਾਜ ਬਿਲਕੁਲ ਵਧੀਆ ਅਤੇ ਫ੍ਰੀ ਹੋਇਆ, ਅਤੇ ਹੁਣ ਅਸੀਂ ਉਹਨਾਂ ਨੂੰ ਠੀਕ ਠਾਕ ਹੋਏ ਹੋਏ ਹਾਂ, ਅਤੇ ਅਸੀਂ ਉਹਨਾਂ ਨੂੰ ਘਰ ਲੈ ਕੇ ਜਾਂਦੇ ਹਾਂ। ਮੈਂ ਧੰਨਵਾਦ ਕਰਦਾ ਹਾਂ ਰਾਣਾ ਹਸਪਤਾਲ ਅਤੇ ਜੋਗਿੰਦਰਾ ਵੈਲ। ਮੇਰਾ ਨਾਮ ਰਾਕੇਸ਼ ਕੁਮਾਰ ਹੈ ਜੀ, ਮੈਂ ਸਰਾਂ ਸ਼ਹਿਰ ਰਹਿੰਦਾ ਜੀ। ਸਾਨੂੰ ਮੇਰੀ ਮਿਸਿਜ ਦੇ ਗੀਤਾ ਰਾਣੀ ਦੇ ਪ੍ਰੋਬਲਮ ਸੀ ਜੀ ਪੱਥਰੀ ਜੀ, 1.5 ਮਹੀਨੇ ਤੋਂ ਉਹਨਾਂ ਦੇ ਜੀ ਸਾਨੂੰ ਪਤਾ ਚੱਲਿਆ ਗੋਬਿੰਦਗੜ੍ਹ ਕੈਂਪ ਲੱਗਿਆ ਜੀ, ਉੱਥੋਂ ਅਸੀਂ ਉਹਨਾਂ ਨੇ ਪਰਚੀ ਬਣਾ ਕੇ ਦਿੱਤੀ ਸੀ। ਰਾਣਾ ਹੋਸਪਿਟਲ ਸਾਡਾ ਫ੍ਰੀ ਇਲਾਜ ਹੋਇਆ ਜੀ, ਕੋਈ ਪੈਸਾ ਨਹੀਂ ਲੱਗਿਆ ਜੀ, ਸਾਨੂੰ ਫੁੱਲ ਫੈਸਿਲਿਟੀ ਮਿਲੀ ਹੈ ਜੀ, ਅੱਜ ਸਾਨੂੰ ਫ੍ਰੀ ਕਰਕੇ ਅੱਜ ਭੇਜ ਰਹੇ ਨੇ ਘਰ। ਮੇਰਾ ਨਾਮ ਸਵਾਲ ਸਿੰਘ, ਪਿੰਡ ਜਟਾਣਾ ਨੀਵਾਂ। ਮੇਰੀ ਪਤਨੀ ਗੁਰਜੀਤ ਕੌਰ ਦੀ ਪਿੱਤੇ ਦੀ ਪੱਥਰੀ ਦਾ 4-5 ਸਾਲ ਤੋਂ ਪੈਰ ਸੀ। ਸਾਨੂੰ ਪਤਾ ਲੱਗਿਆ ਕਿ ਗੋਬਿੰਦਗੜ੍ਹ ਵਿੱਚ ਕੈਂਪ ਲੱਗਿਆ ਹੋਇਆ ਹੈ, ਉਹਨਾਂ ਨੇ ਸਾਨੂੰ ਸਰਹੰਦ ਰਾਣਾ ਹਸਪਤਾਲ ਵਿੱਚ ਭੇਜ ਦਿੱਤਾ। ਇੱਥੇ ਉਹਨਾਂ ਦਾ ਆਪਰੇਸ਼ਨ ਬਿਲਕੁਲ ਠੀਕ ਠਾਕ ਹੋ ਗਿਆ ਹੈ। ਅਸੀਂ ਧੰਨਵਾਦ ਕਰਦੇ ਹਾਂ ਕੈਂਪ ਦਾ ਅਤੇ ਰਾਣਾ ਹਸਪਿਟਲ।